ਹੁਣ ਇੱਕ ਸਵਾਲ ਆ ਮੇਰਾ ਜੇ ਅੱਜ ਗੁਰੂ ਗੋਬਿੰਦ ਸਿੰਘ ਆ ਜਾਣ ਉਹਨਾਂ ਨੇ ਕਿਸੇ ਦੂਜੇ ਦੇਸ਼ ਜਾਣਾ ਹੋਵੇ ਤੇ ਬਾਈ ਬਾਈ ਇਹ ਜਾਣਗੇ ਜਾਂ ਬਾਈ ਛਿਪ ਜਾਣਗੇ ਠੀਕ ਆ ਹੁਣ ਜੇ ਜਹਾਜ਼ ਰਾਹੀਂ ਜਾਣਗੇ ਉਹ ਕੀ ਉਹ ਜਦੋਂ ਕਿਰਪਾਨ ਅਸੀਂ ਕਹਿੰਨੇ ਖੰਡਾ ਤੇ ਕਿਰਪਾਨ ਜਿਹੜੇ ਸ਼ਸਤਰ ਪਾਇਓ ਆ ਉਹ ਨਹੀਂ ਉਹ ਜਹਾਜ਼ ਵਿੱਚ ਜਾਣ ਦੇਣਗੇ ਲੋਕ ਅਸੀਂ ਕਹਿੰਦੇ ਹਾਂ ਇੱਕ ਦੂਜੇ ਨੂੰ ਕਹਿੰਦੇ ਵੀ ਸਿੱਖੀ ਲੱਗ ਗਈ ਜੀ ਇੱਦਾਂ ਹੁਣ ਅੱਜ ਇੰਡੀਆ ਦੇ ਵਿੱਚ ਸਾਨੂੰ ਥੋੜੀ ਜਿਹੀ ਛੋਟ ਦਿੱਤੀ ਹੋ ਆ ਉਹਨਾਂ ਨੇ ਜਿਸ ਤਰੀਕੇ ਨਾਲ ਦੁਨੀਆ ਪਿੰਡ ਬਣੀ ਹੋਈ ਆ ਜਿੱਦਾਂ ਦੁਨੀਆ ਦੇ ਵਿੱਚ ਥੋੜਾ ਥੋੜਾ ਗੁਰਦੁਆਰੇ ਬਣੇ ਹੋਏ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੱਸਿਆ ਪਾਤਸ਼ਾਹੀਆਂ ਦਾ ਰੂਪ ਆ ਜੋਤ ਆ ਉਹਨਾਂ ਦੀ ਉਹ ਸਾਰੀ ਦੁਨੀਆ ਦੇ ਵਿੱਚ ਚੱਲ ਗਈ ਹਜ਼ਾਰਾਂ ਦੀ ਗਿਣਤੀ ਚ ਕੱਲੇ ਕੱਲੇ ਇੱਕ ਇੱਕ ਮੁਲਕ ਦੇ ਵਿੱਚ ਗੁਰਦੁਆਰੇ ਆ ਤੇ ਦਸਵੇਂ ਪਾਤਸ਼ਾਹ ਵਰੀ ਤਾਂ ਅਸੀਂ ਕਹਿ ਨਹੀਂ ਸਕਾਂਗੇ ਕਿ ਉਹ ਕਹਿਣਗੇ ਵੀ ਨਹੀਂ ਜੀ ਮੈਂ ਤਾਂ ਸਿਰਫ ਅਨੰਦ ਪ੍ਰਸਾਦ ਦੇ ਵਿੱਚ ਰਹੂ ਮੈਂ ਕਿਤੇ ਨਹੀਂ ਜਾਊਗਾ ਜੇ ਉਹ ਜਾਣਗੇ ਕਿਤੇ ਤੇ ਕਿਰਪਾਨ ਕਕਾਰਾਂ ਵਾਰੀ ਕੀ ਹੋਊਗਾ ਕੀ ਫੈਸਲਾ ਹੋਊਗਾ ਉਸ ਵੇਲੇ ਜਦੋਂ ਹਾਲਾਤਾਂ ਵਾਰੀ ਗੱਲ ਆਉਣੀ ਆ ਸਾਨੂੰ ਆਪਣੇ ਆਪ ਸਮਝ ਆ ਜਾਣੀ ਆ ਕਿ ਜਿੰਨੀ ਸਮਝਦਾਰੀ ਨਾਲ ਦਸ ਪਾਸ਼ੀਆਂ ਵਿਚਰੀਆਂ ਆ ਠੀਕ ਆ ਕਦੇ ਵੀ ਉਹਨੀ ਅਨੰਦਪੁਰ ਛੱਡਣ ਲੱਗਿਆ ਨਹੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੀ ਵਾਂਗ ਇਹ ਜਿੱਦ ਨਹੀਂ ਕੀਤੀ ਵੀ ਥੇ ਢੇਰ ਲਾ ਦਊਗਾ ਮੈਂ ਜੇ ਸਾਡੀ ਲਾਸ਼ ਜਾਊਗੀ ਥੋਟ ਕੇ ਇਹ ਜਿੱਦ ਤਾਂ ਉਹਨਾਂ ਨੇ ਜਿੱਥੇ ਪੁੱਤਰਾਂ ਦੀਆਂ ਲਾਸ਼ਾਂ ਵਿਛ ਗਈਆਂ ਨਾ ਜਿੱਥੇ ਉਹਨਾਂ ਦੇ ਟੁੱਟੇ ਹੋ ਗਏ ਚਮਕੌਰ ਦੇ ਅੰਦਰ ਉੱਥੇ ਵੀ ਨਹੀਂ ਕੀਤੀ ਉਹਨਾਂ ਨੇ ਕੋਈ ਕਰ ਨਹੀਂ ਸਕਦਾ ਇਦਾਂ ਵੀ ਪੁੱਤਰ ਕਟਾ ਦਿੱਤੇ ਗਏ ਹੋਣ ਤੇ ਉਹ ਕਹੇ ਪਿੰਨੇ ਕੋਈ ਨਹੀਂ ਮੈਂ ਚੱਲ ਜਾਣਾ ਉਹਨਾਂ ਨੇ ਹਮੇਸ਼ਾ ਆਪਣੇ ਜਜ਼ਬਾਤਾਂ ਨੂੰ ਕਿਉਂਕਿ ਅਸੀਂ ਜਜ਼ਬਾਤਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਲਣ ਦਿੰਨੇ ਆ ਫਿਰ ਇਹ ਫੈਸਲੇ ਕਰਦੇ ਆ ਜਦੋਂ ਅਸੀਂ ਇਮਾਨਦਾਰੀ ਨਾਲ ਨਿਰਪੱਖ ਹੋ ਕੇ ਸਪਸ਼ਟ ਸਮਝ ਆਪਣੀ ਬਿਲਡ ਕਰ ਲਾਂਗੇ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਕਿੱਦਾਂ ਦੀ ਪਰਸਨੈਲਿਟੀ ਬਣਾਉਂਦੇ ਆ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਜਦੋਂ ਵੀ ਕੋਈ ਇਦਾਂ ਦੀ ਹਾਵੀ ਭਾਵੀ ਆਉਂਦੀ ਆ ਤੇ ਆਪਣੇ ਜਜ਼ਬਾਤਾਂ ਨੂੰ ਸਪਰੈਸ ਕਰਨਾ ਪੈਂਦਾ ਨਹੀਂ ਤਾਂ ਤੁਸੀਂ ਕੁਝ ਵੀ ਫੈਸਲਾ ਨਹੀਂ ਕਰ ਸਕਦੇ ਤੁਸੀਂ ਡਾਕਟਰ ਬਣ ਕੇ ਦਿਖਾ ਰਹੇ ਹੋ ਅੱਜ ਦੇ ਸਮੇਂ 'ਚ ਆਪਣੀ ਜਜ਼ਬਾਤਾਂ ਨੂੰ ਹਾਵੀ ਹੋ ਲੈਣ ਦਿਓ ਡਾਕਟਰ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਕਿੱਤਾ ਕਰਨਾ ਕੋਈ ਵੀ ਕੰਮ ਕਰਨਾ ਤੁਸੀਂ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਸਹੀ ਵਿਕਾਸ ਕੀਤਾ ਆ ਉਹਨਾਂ ਨੂੰ ਬੈਲੈਂਸ ਰੱਖਿਆ ਆ ਸੰਤ ਤਲਪ ਵਿਕਾਸ ਕੀ ਤਾਬਨਾ ਦਾ ਉਹਨਾਂ ਨੂੰ ਆਪਣੇ ਜਜ਼ਬਾਤਾਂ ਨੂੰ ਸਪਰੈਸ ਕਰਕੇ ਰੱਖਣਾ ਪਿਆ ਨਹੀਂ ਤਾਂ ਬੱਚੇ ਦੀ ਕਮਜ਼ੋਰੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਬੱਤਾ ਜਜ਼ਬਾਤ ਹੀ ਹੋ ਕੇ ਹੀ ਅਸੀਂ ਇਹ ਧੱਕਾ ਕਰਦੇ ਹਾਂ ਬੱਚਿਆਂ ਦੇ ਨਾਲ ਕਿ ਦੁਨੀਆ ਕੀ ਕਹੂਗੀ ਇਹ ਸਿੱਖਾਂ ਦਾ ਬੱਚਾ ਕਿਸ ਘਟਾ ਗਿਆ ਹੈ ਉਹ ਜਜ਼ਬਾਤ ਹੈ ਸਾਡੇ ਦਿਮਾਗ ਕਬੂਲ ਰਿਹਾ ਹੁੰਦਾ ਸਾਡਾ ਜਿਹੜੇ ਲੋਕ ਰੌਲਾ ਪਾਉਂਦੇ ਨਾ ਭੀ ਰੇਡੀਓ ਵਾਲੇ ਜੀ ਆਹ ਗੱਲਾਂ ਕਰਦੇ ਆ ਇਹ ਲੜਕੀਆਂ ਦੇ ਸਬੰਧਾਂ ਦੀਆਂ ਗੱਲਾਂ ਮਰਤ ਮਰਤੇ ਸਬੰਧਾਂ ਦੀਆਂ ਗੱਲਾਂ ਕਰਦੇ ਖੁੱਲ੍ਹਦੀਆਂ ਗੱਲਾਂ ਕਰਦੇ ਆ ਭਾਈ ਕੋਈ ਵੀ ਬੰਦਾ ਆ ਕੇ ਮੇਰੇ ਨਾਲ ਔਨ 에ਅਰ ਗੱਲ ਕਰ ਲਵੇ ਜਿਹੜੇ ਲੋਕ ਗੱਲਾਂ ਕਹਿੰਦੇ ਆ ਨਾ ਡੀਂਗਾ ਮਾਰਦੇ ਆ ਜਦੋਂ ਸਮਝ ਆਉਣਾ ਹੈ ਜਦੋਂ ਮਤਲਬ ਆਉਣਾ ਹੈ ਮੈਨੂੰ ਇੱਕ ਬੱਚੀ ਨੇ ਇੱਕ ਵੀਡੀਓ ਭੇਜੀ ਕਲਿੱਪ ਛੋਟਾ ਜਿਹਾ ਉਹ ਮੈਂ ਫੇਸਬੁੱਕ ਤੇ ਸੌਰੀ ਵਟਸਐਪ ਤੇ ਸ਼ੇਅਰ ਵੀ ਕੀਤਾ ਸੀ ਜੇ ਹੋਇਆ ਮੈਂ ਸਣਾ ਚੁਟਕਲਾ ਹੀ ਆਉਂਦਾ ਤਾਂ ਸਾਡੀ ਸਹੀ ਵਿਆਖਿਆ ਕਰਦਾ ਉਹ ਸਾਡੇ ਪਖੰਡੀ ਹੋਣ ਦੀ ਅਸੀਂ ਜਿੰਨੇ ਬੱਚੀਆਂ ਦੇ ਬਾਰੇ ਇਹ ਹੁਣ ਦੀ ਨਹੀਂ ਗੱਲ 40 45 ਸਾਲ ਮੈਨੂੰ ਦੇਖਦੇ ਨੂੰ ਹੋ ਗਿਆ ਜਿਹੜੇ ਲੋਕ ਆਪਣੀਆਂ ਬੱਚੀਆਂ ਨੂੰ ਪਿੰਡ ਦੇ ਵਿੱਚ ਸਕੂਲ ਭੇਜਣ ਲਈ ਵੀ ਤਿਆਰ ਨਹੀਂ ਸੀ ਹੁੰਦੇ ਇਕੱਲੇ ਨੂੰ ਹੋਸਟਲ ਰੱਖਣ ਲਈ ਵੀ ਤਿਆਰ ਨਹੀਂ ਸੀ ਹੁੰਦੇ ਜਦੋਂ ਇੱਕ ਸਮਾਂ ਆਇਆ ਨਾ ਤੇ ਬਾਹਰਲੇ ਮੁਲਕਾਂ ਚ ਚਲ ਗਏ ਲੋਕ ਉੱਥੋਂ ਜਿਹੜੇ ਬਾਹਰੋਂ ਆਉਂਦੇ ਆ ਉਹ ਪੜੀ ਲਿਖੀ ਕੁੜੀ ਪਸੰਦ ਕਰਦੇ ਆ ਉਦੋਂ 80% ਪੇਰੈਂਟਸ ਨੇ ਬੱਚੀਆਂ ਨੂੰ ਇਸ ਪਿੱਛੇ ਨਾਲ ਕਾਲਜ ਯੂਨੀਵਰਸਿਟੀ ਪੜਨ ਭੇਜਿਆ ਕਿ ਬਾਹਰੋਂ ਕੋ ਮੁੰਡਾ ਆਊਗਾ ਤਾਂ ਪਸੰਦ ਕਰਕੇ ਲੈ ਜਾਊਗਾ ਇਹਨੂੰ ਔਰ ਜਦੋਂ ਰਿਸ਼ਤੇ ਆਏ ਆ ਕਿਸੇ ਨੇ ਏਜ ਨਹੀਂ ਦੇਖੀ ਇਹ ਤਾਂ ਅਜੇ ਤੋ 35 40 ਸਾਲ ਪਹਿਲਾਂ ਦੀ 30 ਕ ਸਾਲ ਪਹਿਲਾਂ ਦੀ ਹੋਇਓ ਵਿਆਹ ਜਿਹੜੇ ਆ ਉਹਨਾਂ ਦੀ ਤੁਸੀਂ ਮੈਚਿੰਗ ਦੇਖ ਲਿਓ ਕਿਸੇ ਨੇ ਐਜੂਕੇਸ਼ਨ ਨਹੀਂ ਦੇਖੀ ਕਿਸੇ ਨੇ ਲੜਕੀ ਦੀਆਂ ਪਾਵਲਾਮਾਂ ਨੂੰ ਨਹੀਂ ਦੇਖਿਆ ਸਿਰਫ ਇਹ ਸੀ ਭਈ ਸਾਡੀ ਇੱਜ਼ਤ ਰਹਿ ਜਾਏ ਪਿੱਛੇ ਪਰਿਵਾਰ ਚੱਲ ਜਾਊਗਾ ਪੈਸੇ ਵੀ ਲਾ ਦਿੱਤੇ ਖੁੱਲੇ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਪਤਾ ਸੀ ਤੇ ਪੂਰੇ ਦਾ ਪੂਰਾ ਪਰਿਵਾਰ ਚੱਲ ਜਾਣਾ ਔਰ ਮੁੰਡਿਆਂ ਦੇ ਕੋਲ ਯੋਗਤਾ ਨਹੀਂ ਸੀ ਇੰਨੀ ਮੁੰਡੇ ਨੂੰ ਬਹੁਤ ਘੱਟ ਫੈਮਿਲੀ ਹੋਣਗੇ ਜਿਨ੍ਹਾਂ ਨੇ ਮੁੰਡੇ ਨੂੰ ਇਸ ਨੀਤ ਨਾਲ ਪੜਾਇਆ ਹੋਊਗਾ ਕਿ ਬਾਹਰੋਂ ਕੋ ਕੁੜੀ ਆਊਗੀ ਤਾਂ ਆ ਕੇ ਪਸੰਦ ਕਰਕੇ ਲੈ ਜਾਊਗੀ ਕੁੜੀਆਂ ਨੂੰ ਇਦਾਂ ਪੜਾਇਆ ਹੁਣ ਜਦੋਂ ਸਟੂਡੈਂਟ ਵੀਜ਼ੇ ਲੱਗਣ ਲੱਗੇ ਆ ਜਿਹੜਾ ਕਲਚਰ ਜਿਹੜਾ ਸੱਭਿਆਚਾਰ ਘਰ ਤੋਂ ਬੱਚੀ ਨੂੰ ਕਾਲਜ ਸਕੂਲ ਤੱਕ ਕੱਲੀ ਪਿੰਡ 'ਚ ਕਿਸੇ ਨਾ ਕਾਲਜ ਕਿਸੇ ਨਾ ਮੁੰਡੇ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ ਦਿੰਦਾ ਇੰਨਾ ਬਰਦਾਸ਼ਤ ਨਹੀਂ ਸੀ ਕਰਦਾ ਜੇ ਕੁੜੀ ਕਿਤੇ ਇਹ ਕਹਿ ਦੇ ਹੁੰਦੀ ਸੀ ਕਿ ਇਹ ਇਹ ਮੇਰਾ ਦੋਸਤ ਹੈ ਆ ਇਪ ਸਕੂਟਰ ਤੇ ਮੋਟਰਸਾਈਕਲ ਤੇ ਜਾਂਦਾ ਕਾਲਜ ਨੂੰ ਇਹਦੇ ਨਾਲ ਚੱਲ ਜਿਆ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਪੇਰੈਂਟ ਉਸ ਵਿਲੇ ਆਗਿਆ ਦਿੰਦਾ ਸੀ ਵੀ ਨਹੀਂ ਬੱਸੇ ਜਾ ਬੇਟਾ ਆਪਣਾ ਤੈਨੂੰ ਅਸੀਂ ਆਪਣੀ ਤੇ ਨੂੰ ਸਕੂਟੀ ਲਾ ਕੇ ਦੇਣ ਲੋਕੀ ਕਹਣਗੇ ਸਾਨੂੰ ਉਹਨਾਂ ਨੇ ਜਦੋਂ ਕੁੜੀਆਂ ਬਾਹਰਲੇ ਮੁਲਕਾਂ ਚ ਆ ਕੇ ਮੁੰਡਿਆਂ ਦੇ ਨਾਲ ਫਲੈਟਾਂ ਦੇ ਫਲੈਟ ਮੀਟ ਬਣ ਕੇ ਫਲੈਟਾਂ ਦੇ ਵਿੱਚ ਕੱਲੀਆਂ ਰਹਿਣ ਲੱਗੀਆਂ ਉਹਨੂੰ ਬਰਦਾਸ਼ਤ ਕਰ ਲਿਆ ਉਹ ਉੱਥੇ ਇੱਜ਼ਤ ਨਾਲ ਨਾ ਜੁੜ ਗਏ ਸੀ ਕਲਚਰ ਸੱਭਿਆਚਾਰ ਬਣਾ ਦਿੱਤਾ ਅਸੀਂ ਬਣਾਇਆ ਆ ਉਹਦੇ ਨਾਲ ਕਦੇ ਦੇਖਿਆ ਬੱਚਿਆਂ ਤੇ ਤਸ਼ੱਦਦ ਕਿੰਨਾ ਹੁੰਦਾ ਜਦੋਂ ਜਦੋਂ ਅਸੀਂ ਬੱਚੀ ਨੂੰ ਕੋਸ ਤੇ ਰਹਿਨੇ ਆ 13 14 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਪੇ ਫੋਨ ਕਿਦਾ ਹੈ ਮੈਸੇਜ ਕਿਨੂੰ ਕੀਤਾ ਇਹ ਕੌਣ ਆ ਉਹ ਕਿਹਦੇ ਨਾਲ ਗੱਲ ਕਰਦੀ ਸੀ ਤੂੰ ਹੁਣ ਇਲੀਟ ਕਿੱਥੋਂ ਹੋ ਗਈ ਪਾਰਟੀ ਤੇ ਕੌਣ ਸੀ ਤੇਰੇ ਨਾਲ ਬਸ ਵਿੱਚ ਕੇਦਿਆਂ ਨੂੰ ਦੇਖ ਕੇ ਦਿਨਾਂ ਗੱਲ ਕਰਦੀ ਸੀ ਤੂੰ ਉਹਨੂੰ ਜਦੋਂ ਸਾਨੂੰ ਪਤਾ ਲੱਗਦਾ ਆ ਵੀ ਨਹੀਂ ਹੁਣ ਹੁਣ ਪਛੜ ਰਹੀ ਆ ਰਿਸ਼ਤੇ ਤੋਂ ਉਸ ਵੇਲੇ ਫਿਰ ਅਸੀਂ ਉਹਨੂੰ ਕਹਿੰਨੇ ਤੂੰ ਕੁਝ ਲੱਭ ਕੁਝ ਪਸੰਦ ਕਰ ਕੋਈ ਪਤਾ ਸਾਈਕੋਲੋਜੀਕਲੀ ਕਿੰਨਾ ਅਸਰ ਪੈ ਜਾਂਦਾ ਆ ਉਹਨਾਂ ਬੱਚਿਆਂ ਦੇ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਸੀ ਤਿੰਨ ਸਾਲ ਹੋ ਗਿਆ ਉਹ ਕਹਿੰਦਾ ਜੀ ਮੈਨੂੰ ਰਿਸ਼ਤਾ ਆਉਂਦਾ ਬਾਹਰੋਂ ਮੇਰਕਾ ਕੁੜੀ ਪੜੀ ਲਿਖੀ ਆ ਵੱਖ ਵਿਆ ਕੁੜੀ ਰਿਸ਼ਤੇਦਾਰ ਆ ਸਾਡੇ ਵੱਖ ਵਿਆ ਸਾਡੇ ਪਰ ਕਹਿੰਦਾ ਮੇਰਾ ਕੌਨਫੀ ਮੇਰੇ ਗੱਲ ਕਰਨ ਦੀ ਹਿੰਮਤ ਨਹੀਂ ਮੇਰੇ 'ਚ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਅਸੀਂ ਚੰਗੇ ਆਗਿਆਕਾਰੀ ਬਣਾਇਓ ਆ ਸੰਸਕਾਰ ਦਿੱਤੇਓ ਆ ਉਹ ਕੁੜੀਆਂ ਜਦੋਂ ਕੁੜੀਆਂ ਨੂੰ ਇਦਾਂ ਦੇ ਕਲਚਰ ਵਿੱਚ ਪਾਲਦੇ ਆ ਅਸੀਂ ਕਦੇ ਸੋਚਿਆ ਪੇ ਉਹ ਸੌਰੀ ਜਾ ਕੇ ਕਿੱਦਾਂ ਦੇ ਸੰਬੰਧ ਬਣਾਉਣਗੀਆਂ ਕਿੱਦਾਂ ਘਰ ਬਸ ਹੋਣਗੀਆਂ ਕਿਦਾਂ ਬਰਾਬਰੀ ਦਾ ਰਿਸ਼ਤਾ ਹੋ ਕਿਦਾਂ ਆਪਣੇ ਹੱਕ ਲੈ ਸਕਣਗੀਆਂ ਇਹ ਜਿੰਨਾ ਰੋਲਾ ਆ ਸਾਡਾ ਇਹ ਸਾਡੇ ਆਪਣੇ ਜਿੱਦਾਂ ਧਰਮ ਦੇ ਵਿੱਚ ਨਾ ਅਸੀਂ ਆਪਣੀਆਂ ਛਪਰੀਆਂ ਆਪਣੇ ਛੋੜੇ ਬਣਾ ਕੇ ਰੱਖ ਲਏ ਆ ਇੱਦਾਂ ਕਲਚਰ ਵਿੱਚ ਬਣਾ ਲਏ ਆ bizness ਵਿੱਚ ਬਣਾ ਲਏ ਆ ਥਾ ਥਾ ਇਹ ਸਾਰਾ ਕੁਝ ਜਿਹੜਾ ਆ ਇੱਕ ਇੱਕ ਕਰਕੇ ਟੁੱਟ ਰਿਹਾ ਆ ਉਹ ਸਾਨੂੰ ਆਪ ਤੋੜਨਾ ਪੈਣਾ ਕੋਈ ਇਹਦਾ ਇੱਜ਼ਤ ਨਾਲ ਕੋਈ ਸਬੰਧ ਨਹੀਂ ਹੈ ਹਰੇਕ ਜਦੋਂ ਨਾ ਤੁਸੀਂ ਜਦਦਾ ਬੜਿਆ ਆ ਇਨਸਾਨ ਉਹਨੂੰ ਦੇਖਦੇ ਆ ਬਹੁਤ ਸਿਸਟਮ ਆ ਹੋ ਸਰੀਰਕ ਪੱਖੋਂ ਨਹੀਂ ਭਾਵਨਾਵਾਂ ਦੇ ਪੱਖੋਂ ਵੀ ਔਰਤਾ ਬਹੁਤ ਜ਼ਿਆਦਾ ਆ ਇਦਾਂ ਨਹੀਂ ਹੋ ਸਕਦਾ ਕੋਈ ਵੀ ਔਰਤ ਧਰਤੀ ਦੇ ਉੱਤੇ ਇਤਾਂ ਨਹੀਂ ਹੋ ਸਕਦੀ ਕਿ ਕੋਈ ਵੀ ਮਰਦ ਆ ਕੇ ਉਹਨੂੰ ਉਸ ਅਰਾਦੇ ਨਾਲ ਗੰਦੀ ਨਿਗਾਹ ਦੇ ਨਾਲ ਦੇਖੇ ਜਾਂ ਟੱਚ ਕਰੇ ਤੇ ਉਹ ਬਰਦਾਸ਼ਤ ਕਰ ਲਵੇ। ਉਹ ਸਹਿ ਜਾ। ਜੇ ਕਿਤੇ ਹੋ ਰਿਹਾ ਆ ਤੇ ਉਹ ਜਾਂ ਤਾਂ ਸਾਡੇ ਬੇਲੋੜੇ ਪ੍ਰੈਸ਼ਰ ਪਾਉਣ ਦੇ ਨਾਲ ਠੀਕ ਹੈ ਜਿਹੜਾ ਵਿਰੋਧੀ ਪ੍ਰਤੀਕਰਮ ਹੈ ਕਿਉਂਕਿ ਸਾਈਕੋਲੋਜੀਕਲੀ ਉਹਦੇ ਤੇ ਅਸਰ ਪੈ ਜਾਂਦਾ ਹੈ ਵੀ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਉਹਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਕੁਝ ਹੋਵੇ ਮੈਨੂੰ ਰੋਕ ਕੇ ਜਾਉ ਬਦਲੇ ਦੀ ਭਾਵਨਾ ਚ ਆ ਜਾਏ ਫੇ ਗੱਲ ਵੱਖਰੀ ਆ ਨਹੀਂ ਤਾਂ ਨੇਚਰਲੀ ਜੇ ਤੁਸੀਂ ਕਹੋ ਨਾ ਕੋਈ ਲੜਕੀ ਇਦਾਂ ਬਰਦਾਸ਼ਤ ਨਹੀਂ ਕਰ ਸਕਦੀ ਤੇ ਉਹਨੂੰ ਭੌਂਦਾ ਨਾ ਹੋਵੇ ਕੋਈ ਤੇ ਉਹ ਛੇੜ ਜਾਏ ਉਹਨੂੰ ਟੱਚ ਕਰ ਜਾਏ ਉਹਨੂੰ ਮਨੁੱਖੀ ਦਿਮਾਗ ਇਹ ਐਕਸੈਪਟ ਨਹੀਂ ਕਰ ਸਕਦਾ ਤੁਸੀਂ ਬੱਚਿਆਂ ਨਾਲ ਕਦੇ ਡੀਲ ਕਰਕੇ ਦੇਖੋ ਜਿਹੜਾ ਉਹਨਾਂ ਨੂੰ ਅਜ਼ਾਬ ਤਬੀਅਤ ਦੇ ਬੰਨ ਦਿਓ ਫੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਖਾਣਾ ਖਾ ਕੇ ਦਿਖਾ ਦਿਖਾ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਹਿਊਮਨ ਸਾਈਕੋਲੋਜੀ ਹੈ ਕਿਤਾ ਆ ਉਹਨਾਂ ਨੂੰ ਘੁਰ ਕੇ ਕਦੇ ਇਦਾਂ ਕੁਝ ਖਾਣਾ ਖਾ ਕੇ ਸਲਾ ਕੇ ਦਿਖਾ ਦਿਓ ਜੇ ਅਸੀਂ ਇਹ ਕਿਦਾਂ ਸੋਚ ਲਿਆ ਕਿ ਉਹ ਬੱਚਾ ਜੇ ਉਸੇ ਤਰੀਕੇ ਨਾਲ ਪੜਦਾ ਹੋਊਗਾ ਤੇ 14-15 ਦੀ ਸਾਲ ਦੀ ਉਮਰ 'ਚ ਜਾ ਕੇ ਜੇ ਉਹ ਬੱਚੀ ਇਦਾਂ ਬਾਹਰ ਜਾਊਗੀ ਤੇ ਕੋਈ ਵੀ ਫੜ ਲਊਗਾ ਉਹਨੂੰ ਕਿਤੇ ਵੀ ਇੱਜ਼ਤ ਲਟਾ ਕੇ ਆਜੂਗੀ ਇਦਾਂ ਕਿਦਾਂ ਹੋ ਜਾਊਗਾ ਉਹਦਾ ਕਿਸੇ ਨੂੰ ਮਿਲਣਾ ਗੱਲ ਕਰਨਾ ਉਹਦੀ ਪਰਸਨੈਲਿਟੀ ਦਾ ਵਿਕਾਸ ਹੋਣਾ ਹੈ ਠੀਕ ਹੈ ਜਦੋਂ ਐਕਸੀਡੈਂਟ ਹੁੰਦੇ ਆ ਜੇ ਅਸੀਂ ਚਾਹੁੰਦੇ ਆ ਕੋਈ ਜਿਹੜਾ ਗੱਡੀ ਚਲਾਉਣੀ ਸਿੱਖ ਲੈ ਤੇ ਇਹ ਡਰ ਜਾਈਏ ਤੇ ਐਕਸੀਡੈਂਟ ਕਿਤੇ ਹੋ ਜਾ ਸਿੱਖ ਜਾਊਗਾ ਉਹ ਅਸੀਂ ਚਾਹਦੇ ਹਾਂ ਬੱਚਿਆਂ ਨੂੰ ਪਤਰਨਾ ਸਿੱਖ ਜਾਣ ਪਰ ਇਸ ਗੱਲੋਂ ਡਰੀ ਜਾਈਏ ਕਿ ਕਦੇ ਡੁੱਬ ਕੇ ਮਰ ਨਾ ਜਾਣ ਤਰਨਾ ਸਿੱਖ ਚੁਗੇ ਉਹ ਜਿੱਦੋਂ ਬਾਕੀ ਸਾਰੇ ਖੇਤਰਾ 'ਚ ਅਸੀਂ ਸਾਰਾ ਕੁਝ ਪ੍ਰਬੰਧ ਕਰਦੇ ਹਾਂ ਤੇ ਇੱਥੇ ਵੀ ਸਾਨੂੰ ਇਹ ਔਰਤ ਤੇ ਮਰਦ ਦੇ ਵਿਕਾਸ ਦੀ ਕਹਾਣੀ ਆ ਪੂਰੀ ਆਜ਼ਾਦੀ ਨਾਲ ਵਿਕਾਸ ਹੋਣਾ ਚਾਹੀਦਾ ਜਿੱਦਾਂ ਦਾ ਕੋ ਹੈਗਾ ਆ ਉਹਦਾ ਉਦਾਂ ਦਾ ਵਿਕਾਸ ਹੋਣਾ ਚਾਹੀਦਾ ਔਰ ਮਾਪਿਆਂ ਨੂੰ ਉਹਦੇ ਵਿੱਚ ਸਹਾਇੀ ਹੋਣਾ ਚਾਹੀਦਾ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡੇ ਬੱਚੇ ਦਾ ਵਿਕਾਸ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਇਹ ਯੋਗ ਹੋ ਰਿਹਾ ਹੈ ਆਪਣੇ ਫੈਸਲੇ ਲਊਗਾ ਦੁਨੀਆ ਦੇ ਵਿੱਚ ਮੈਨੂੰ ਫਿਕਰ ਨਹੀਂ ਹੋਊਗਾ ਬੰਦੇ ਨੂੰ ਮਾਪਿਆਂ ਨੂੰ ਮਾਣ ਹੋਣਾ ਚਾਹੀਦਾ ਵੀ ਮੇਰੀ ਬੱਚੀ ਜਦੋਂ ਵਿਆਹ ਹੀ ਗਈ ਨਾ ਇਦਾਂ ਨਹੀਂ ਹੋਊਗਾ ਇਹਦਾ ਸੋਸ਼ਣ ਕਰ ਚੂਗਾ ਜੇ ਕਾਲਜ ਗਈ ਇਹਦੀ ਮਰਜ਼ੀ ਦੇ ਖਿਲਾਫ ਇਹਨੂੰ ਕੁਝ ਕਹਿ ਨਹੀਂ ਸਕੂਗਾ ਸਵੈ ਮਾਨਿਆ ਆਪਣੇ ਫੈਸਲੇ ਆਉਦੇ ਪਰ ਅਸੀਂ ਇੱਕ 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 ਡਰਿਆ ਸਾਨੂੰ ਇੱਜ਼ਤ ਨਾਲ ਜੋੜ ਲਿਆ ਸਾਰਾ ਕੁਝ ਅਸੀਂ ਜਦੋਂ ਲੋੜ ਆਉਂਦੀ ਹੈ ਜਦੋਂ ਮਤਲਬ ਆਉਂਦਾ ਹੈ ਉਦੋਂ ਸਭ ਕੁਝ ਦਾ ਤੇ ਲਾ ਦਿੰਦੇ ਅਸੀਂ ਬਿਲਕੁਲ ਨਹੀਂ ਵੇ ਗਿਰ ਜਾਂਦੇ ਔਰ ਇਹ ਚੀਜ਼ ਬੱਚਿਆਂ ਨੂੰ ਸਾਡਿਆਂ ਨੂੰ ਚੰਗੀ ਤਰ੍ਹਾਂ ਪਤਾ ਆ ਤੇ ਉਹ ਸਾਰੇ ਕੁਛ ਦੇ ਵਿੱਚੋਂ ਆ ਕੇ ਜਦੋਂ ਗੁਰਦੁਆਰਿਆਂ ਦੇ ਅੰਦਰ ਧਰਮ ਦੀ ਮਰਿਆਦਾ ਦੇ ਨਾਂ ਦੇ ਉੱਤੇ ਇਹ ਵੱਡਾ ਸਾਰਾ ਸ਼ੌੜਾ ਬਣਾਉਨੇ ਆ ਕਦੇ ਇਹ ਨਹੀਂ ਦੇਖਿਆ ਕਿ ਉਹਦੀ ਪਰਿਵਾਰਕ ਜ਼ਿੰਦਗੀ ਉਹਨਾਂ ਬੱਚਿਆਂ ਦੀ ਕਿੱਦਾਂ ਹੋਊਗੀ ਉਹ ਜਿਹੜੇ ਵਿਆਹ ਹੋਏ ਜੋੜੇ ਆ ਉਹਨਾਂ ਤੋਂ ਪੈਦਾ ਹੋਣ ਵਾਲੇ ਬੱਚੇ ਕਿੱਦਾਂ ਦੇ ਹੋਣਗੇ ਸਾਡੀ ਆਉਣ ਵਾਲੀ ਜਨਰੇਸ਼ਨ ਕਿੱਦਾਂ ਦੀ ਹੋਣਗੀ ਹੋਈ ਕੋ ਬੰਦਾ ਫੈਕਟਰੀ ਚਲਾਉਂਦਾ ਹੋਵੇ ਕੰਪਨੀ ਚਲਾਉਂਦਾ ਹੋਵੇ ਕਦੀ ਦੇਖਿਆ ਪੇ ਆ ਜਿਹੜੇ ਆਈਫੋਨ ਵਰਗੇ ਸੈਮਸੰਗ ਵਾਲੇ ਆ ਉਹ ਇੱਕ ਫੋਨ ਜਿਹੜਾ ਆ ਗਿਆ ਮਾਰਕੀਟ ਦੇ ਵਿੱਚ 10 ਚ 11 ਜਿਹੜਾ ਵੀ ਮਾਡਲ ਆ ਗਿਆ ਉਸ ਤੋਂ ਬਾਅਦ ਜਿਹੜਾ ਗਾਹਾਂ ਦਾ ਮਾਡਲ ਆ ਉਹਨੂੰ ਵਧੀਆ ਬਣਾਉਣ ਦੇ ਲਈ ਉਹਨਾਂ ਦਾ ਧਿਆਨ ਨਾ ਹੋਵੇ ਮਾਰਕੀਟ 'ਚ ਆਵੇ ਤੇ ਉਹ 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 ਸਾਰੇ ਪਾਸੇ ਖਬਰਾਂ ਇਦਾਂ ਫੈਲਦੀਆਂ ਹੋਣ ਬਿਨਾਂ ਜੀ ਉੱਥੇ ਦਾ ਕੁਆਲਿਟੀ ਚੈੱਕ ਕੋਈ ਨਹੀਂ ਹੋ ਰਿਹਾ ਉਤਤ ਮਸ਼ੀਨਾ ਤੇ ਦੇਖਿਆ ਨਹੀਂ ਜਾ ਰਿਆ ਵੀ ਪੀ ਠੀਕ ਹੋਊਗਾ ਜਾਂ ਨਹੀਂ ਹਰੇਕ ਦਾ ਜੋਰ ਲੱਗਾ ਹੁੰਦਾ ਪਹਿਲਾ ਨਾਲੋਂ ਵਧੀਆ ਸਿੱਟੀਆਂ ਮਾਰ ਕੇ ਕੁਝ ਨਵੀਂ ਚੀਜ਼ ਤੇ ਇਹ ਮਾਰਕੀਟ ਦੇ ਵਿੱਚ ਤੇ ਸਾਨੂੰ ਵੀ ਸੋਚਣਾ ਚਾਹੀਦਾ ਜਨਰੇਸ਼ਨ ਦੇ ਤੌਰ ਤੇ ਦਸਵੇਂ ਪਾਸ਼ਾ ਦੀ ਗੁਰਨਾਨਕ ਪਾਸ਼ਾ ਤੋਂ ਚੱਲੇ ਹੋਏ ਆ ਅਸੀਂ ਪੀੜੀ ਦਰ ਪੀੜੀ ਅਗਲੀ ਪੀੜੀ ਜ਼ਮਾਨੇ ਦੇ ਨਾਲ ਚੱਲਣਾ ਵਾਲੀ ਕਿੱਦਾਂ ਦੀ ਹੋਵੇ ਕਿੱਦਾਂ ਹਰੇਕ ਪੱਖ ਤੋਂ ਜਦੋਂ ਆਪਣੇ ਸਰਕਲ ਤੋਂ ਆਪਣੇ ਬੱਬਲ ਚੋਂ ਬਾਹਰ ਨਿਕਲਾਂਗੇ ਨਾ ਅਸੀਂ ਆਪਣੀਆਂ ਖਿੱਚੀਆਂ ਹੋਈਆਂ ਲਕੀਰਾਂ ਚ ਮਰਿਆਦਾਵਾਂ ਚੋਂ ਬਾਹਰ ਨਿਕਲਾਂਗੇ ਫਿਰ ਸਾਨੂੰ ਪਤਾ ਲੱਗੂ ਦੁਨੀਆ ਕਿੱਥੇ ਪਹੁੰਚ ਗਈ ਆ ਫਿਰ ਸਾਨੂੰ इमोਸ਼ਨ ਆਪਣੇ ਜਿਹੜੇ ਆ ਉਹ ਸਪਰੈਸ ਕਰਨੇ ਪੈਣੇ ਆ ਦਬਾਉਣੇ ਪੈਣੇ ਆ ਉਦੋਂ ਫਿਰ ਦਿਮਾਗ ਦੇ ਨਾਲ ਸੋਚਾਂਗੇ ਅਸੀਂ ਇੰਟੈਲੀਜੈਂਟ ਹੋ ਕੇ ਵਿਚਰਾਂਗੇ ਦੁਨੀਆ ਦੇ ਹਣੀ ਹੋ ਕੇ ਚੱਲਾਂਗੇ ਸਾਡਾ ਆਪਣਾ ਫਰਜ਼ ਆ ਕਿ ਅਸੀਂ ਮਾਹੌਲ ਆਪ ਆਪਣੇ ਪਤੀ ਪਤਨੀ ਰਹੀਆਂ ਆਪਣੇ ਰਹੀ ਮਾਹੌਲ ਇਦਾਂ ਦਾ ਵਧੀਆ ਬਣਾ ਕੇ ਰੱਖੀਏ ਕਿ ਸਾਡੇ ਆਲੇ ਦੁਆਲੇ ਜਿਹੜੇ ਸਾਡੇ ਬੱਚੇ ਆ ਹੋਰ ਜਿਹੜੇ ਆਲੇ ਦੁਆਲੇ ਵਿਚਰਦੇ ਆ ਸਾਡੇ ਨਾਲ ਉਹ ਆਜ਼ਾਦੀ ਨਾਲ ਵਿਚਰ ਸਕਣ। ਉਹਨਾਂ ਦੇ ਵਿਕਾਸ ਦੇ ਲਈ ਅਸੀਂ ਮੌਕੇ ਮੁਹੱਈਆ ਕਰਦੇ ਆ। ਸਮੇਂ ਨੇ ਆਪਣੇ ਆਪ ਪਛਾਣ ਲੈਣਾ। ਤੁਸੀਂ ਕੋਈ ਬੀਜ ਬੀਜ ਕੇ ਦੇਖ ਲਓ ਧਰਤੀ ਦੇ ਵਿੱਚ ਤੁਹਾਨੂੰ ਪੱਥਰਾਂ ਦੇ ਵਿੱਚ ਵੀ ਬੀਜ ਉਗ ਪੈਂਦੇ ਆ। بس ਰਾਹ ਚਾਹੀਦਾ ਥੋੜਾ ਜਿਆ ਲੱਭ ਲੈਂਦਾ ਆਪਣਾ ਸੁੱਕੀ ਬੰਜਰ ਧਰਤੀ ਹੁੰਦੀ ਆ ਉੱਥੇ ਵੀ ਜਦੋਂ ਕਿਤੇ ਮੜੀ ਜੇ ਨਵੀਂ ਮਿਲਦੀ ਆ